ਬੈਲਾਂ ਪਿੱਛੋਂ ਆ ਕੇ ਉਤਾਰੇ ਬਜ਼ੁਰਗ ਮਹਿਲਾ ਦੇ ਟੋਪਸ। ਅੱਗੋਂ ਭੱਜਣ ਲੱਗੇ ਲੁਟੇਰਿਆਂ ਨੂੰ ਘੇਰ ਲਿਆ ਦੋ ਮੁੰਡਿਆਂ ਨੇ। ਵੇਖੋ ਕਿਵੇਂ ਚੱਲਦੇ ਬਾਈਕ ਤੋਂ ਉਤਾਰ ਕੇ ਕੀਤੀ ਇਸ ਲੁਟੇਰੇ ਦੀ ਛੱਤਰ ਪਰੇਡ। ਦੱਸਦੇ ਕਿ ਲੁਟੇਰਿਆਂ ਨੇ ਰਾਹ ਜਾਂਦੀ ਇੱਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਤੇ ਬੇਖੌਫ ਹੋ ਕੇ ਉਸਦੇ ਕੰਨਾਂ ਤੋਂ ਟੋਪਸ ਉਤਾਰ ਲੈਂਦੇ ਨੇ। ਫਿਰ ਜਦੋਂ ਇਹ ਬਾਈਕ ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅੱਗੋਂ ਸਕੂਟੀ ਦੇ ਦੋ ਨੌਜਵਾਨ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਲੁਟੇਰੇ ਨੂੰ ਤਾਂ ਇਹਨਾਂ ਵੱਲੋਂ ਚੱਲਦੀ ਬਾਈਕ ਤੋਂ ਹੀ ਫੜ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਨੀਚੇ ਸੁੱਟ ਕੇ ਉਸਦੀ ਚੰਗੀ ਤਰੀਕੇ ਦੇ ਨਾਲ ਛਿੱਤਰ ਪਰੇਡ ਕੀਤੀ ਜਾਂਦੀ ਹੈ। ਜਦਕਿ ਉਸਦਾ ਦੂਸਰਾ ਸਾਥੀ ਜਿਹੜਾ ਬਾਈਕ ਚਲਾ ਰਿਹਾ ਸੀ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੱਸਦੇ ਕਿ ਫੜੇ ਹੋਏ ਲੁਟੇਰੇ ਤੋਂ ਲੋਕਾਂ ਵੱਲੋਂ ਝਪਟੇ ਹੋਏ ਟੋਪਸ ਵੀ ਵਾਪਸ ਲੈ ਲਏ ਜਾਂਦੇ ਨੇ ਜੋ ਕਿ ਇਸ ਵੱਲੋਂ ਮਹਿਲਾ ਦੇ ਖੋਏ ਗਏ ਸੀ। ਤਾਂ ਦੱਸਦੇ ਕਿ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਪਹਿਲਾਂ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਬੜੇ ਆਰਾਮ ਦੇ ਨਾਲ ਪਿੱਛੋਂ ਆ ਕੇ ਇਹ ਮਹਿਲਾ ਦੇ ਟੋਪਸ ਉਤਾਰ ਲੈਂਦੇ ਨੇ, ਜਿਸ ਤੋਂ ਬਾਅਦ ਬਾਈਕ ਤੇ ਫਰਾਰ ਹੋਣ ਲੱਗਦੇ ਨੇ। ਤਾਂ ਇਹਨਾਂ ਦੋ ਨੌਜਵਾਨਾਂ ਕਰਕੇ ਇਹ ਇੱਕ ਲੁਟੇਰਾ ਫੜਿਆ ਜਾਂਦਾ ਹੈ ਤੇ ਇਹਨਾਂ ਦੀ ਕੋਸ਼ਿਸ਼ ਨਾਕਾਮ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਦੋ ਨੌਜਵਾਨਾਂ ਨੇ ਨਾਕਾਮ ਕੀਤਾ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਬੇਖੌਫ ਹੋ ਕੇ ਲੁਟੇਰੇ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਉਂਦੇ ਨੇ ਜੋ ਕਿ ਸੜਕ ਤੇ ਤੁਰਦੀ ਜਾ ਰਹੀ ਹੁੰਦੀ ਹੈ ਤੇ ਪਿੱਛੋਂ ਆ ਕੇ ਉਸਦੇ ਟੋਪਸ ਉਤਾਰ ਲਏ ਜਾਂਦੇ ਨੇ ਤੇ ਫਿਰ ਇਸਦਾ ਸਾਥੀ ਜਿਹੜਾ ਬਾਈਕ ਦੇ ਨਾਲ ਇਸਦੇ ਚੱਲ ਰਿਹਾ ਹੁੰਦਾ ਹੈ ਤਾਂ ਉਸਦੇ ਨਾਲ ਜਦ ਇਹ ਫਰਾਰ ਹੋਣ ਲੱਗਦਾ ਹੈ ਤਾਂ ਅੱਗੋਂ ਸਕੂਟੀ ਦੇ ਦੋ ਨੌਜਵਾਨ ਆ ਰਹੇ ਹੁੰਦੇ ਆ ਜੋ ਕਿ ਇਹਨਾਂ ਦੇ ਰਸਤੇ ਦੇ ਵਿੱਚ ਆ ਜਾਂਦੇ ਨੇ, ਜਿਸ ਤੋਂ ਬਾਅਦ ਇਹ ਜਦੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਚੱਲਦੇ ਬਾਈਕ ਤੋਂ ਹੀ ਇੱਕ ਨੌਜਵਾਨ ਜਿਸਨੇ ਮਹਿਲਾ ਦੇ ਟੋਪਸ ਝਪਟੇ ਸੀ ਉਸ ਨੂੰ ਫੜ ਲਿਆ ਜਾਂਦਾ ਹੈ ਤੇ ਨੀਚੇ ਸੁੱਟ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਉਸਦੀ ਚੰਗੀ ਤਰੀਕੇ ਦੇ ਨਾਲ ਲੋਕਾਂ ਵੱਲੋਂ ਮਿਲ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ। ਹੋਇਆ ਸੀ ਮੈਂ ਅਤੇ ਮੇਰਾ ਪੋਤਾ ਆਉਣ ਡੇ ਰਹੇ ਸੀ ਬਾਜ਼ਾਰ ਤੋਂ ਅਤੇ ਉਹ ਅੱਗੇ ਸਾਈਕਲ 'ਤੇ ਸੀ, ਮੈਂ ਪਿੱਛੇ ਪੈਦਲ ਆਉਣ ਡੇ ਰਹੀ, ਮੈਂ ਘੜਾ ਜਿਹਾ ਫੜਿਆ ਦੇ ਹੱਥ ਵਿੱਚ ਅਤੇ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਮੈਂ ਹੌਲੀ ਹੌਲੀ ਤੁਰਨ ਡੇ ਰਹੀ ਹਾਂ ਅਤੇ ਇਹ ਮੈਨੂੰ ਲੱਭਾ ਨਹੀਂ ਬੇਟਾ। ਬਾਅਦ 'ਚ ਮੈਂ ਪਤਾ ਨਹੀਂ ਕਿੱਥੇ ਚੱਲ ਗਿਆ, ਮੈਂ ਤਾਂ ਇਕੱਲੀ ਤੁਰੀ ਜਾਣ ਡੇ ਅਤੇ ਮੇਰੇ ਕੋਲ ਘੜਾ ਚੁੱਕ ਕੇ ਨਹੀਂ ਤੁਰਿਆ ਜਾਂਦਾ ਪਿਆ। ਮਗਰੋਂ ਆਇਆ ਅਤੇ ਇਹਨੇ ਮੇਰੇ ਆਣ ਕੇ ਪਹਿਲਾਂ ਟੋਪੀ ਤਾਂ ਕੀਤੀ ਹੈ ਜਿਹੜੇ ਮੋਟਰਸਾਈਕਲ 'ਤੇ ਆਏ ਨੇ, ਅਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਝੁਕਾਣੀ ਦੇਣ ਡਿਆ ਆ, ਅਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ, ਮੇਰੀਆਂ ਚੀਕਾਂ ਨਿਕਲ ਗਈਆਂ ਨਾਲ ਹੀ, ਅਤੇ ਅੱਗੇ ਦੌੜਨ ਲੱਗੇ ਨੇ ਅਤੇ ਦੋ ਮੋਟਰਸਾਈਕਲ 'ਤੇ ਅੱਗੇ ਆਉਂਦੇ ਨੇ, ਉਹਨਾਂ ਨੇ ਆਣ ਕੇ ਟੱਕਰ ਮਾਰ ਕੇ ਸੁੱਟ ਦਿੱਤਾ, ਅਤੇ ਜਿਹੜਾ ਮਗਰ ਲਾ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਅਤੇ ਦੂਜਾ ਭੱਜ ਗਿਆ। ਅਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ, ਅਤੇ ਇਹ ਹੈ ਵੀ ਮਾਰ ਤਾਂ ਲੋਕਾਂ ਨੂੰ ਕੁੱਟਿਆ ਨਾ ਹੈ ਹੀ ਆ, ਪਰ ਉਂਝ ਇਹ ਹੈ ਵੀ ਚਕੰਨੇ ਹੋ ਕੇ ਰਹਿਣਾ ਚਾਹੀਦਾ, ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਆ। ਮੇਰੇ ਕੋਲ ਜਨਾਨੀ ਨੇ ਕੀ ਕੁੱਟਣਾ ਹੁੰਦਾ, ਜਨਾਨੀ ਨੇ ਕੀ ਕੁੱਟਣਾ, ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ, ਜਨਾਨੀ ਕੀ ਕਰ ਸਕਦੀ ਹੈ। ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ, ਮੈਂ ਵੀ ਕਹਿੰਦਾ ਆਖਣੀ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹਨਾਂ ਨੇ, ਅਤੇ ਮੇਰੇ ਕੋਲ ਕੀ ਆ ਜਾ ਕੇ ਚਪੇੜ ਹੀ ਵੱਜਣੀ ਸੀ ਮੇਰੇ ਕੋਲ, ਜਾਂ ਮੁੱਕੀ ਮਾਰ ਲੈਣੀ ਚਪੇੜ ਨੂੰ, ਜਿਹਨੀ ਹੋਰ ਮੈਂ ਕੀ ਕਰ ਸਕਦੀ ਹਾਂ। ਪਹਿਲੇ ਮੇਰੇ ਵੱਲੋਂ ਇੱਕ ਵਾਰ ਟਾਪਸ ਮੇਰੇ ਉਦੋਂ ਕੋਈ ਫਕੀਰ ਜਿਹਾ ਆਇਆ ਸੀ ਤਾਂ ਉਹਨੇ ਮਤਲਬ ਸਾਡੇ ਪਰਨਾ ਝਾੜਿਆ ਤਾਂ ਪਤਾ ਨਹੀਂ ਕੀ ਕੀਤਾ, ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ। ਇੱਥੇ ਹੁਣ ਇੱਥੇ ਕਾਫੀ ਦੁਨੀਆਂ ਇਕੱਠੀ ਹੋ ਗਈ ਸੀ, ਫਿਰ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਨਹੀਂ ਛੱਡਣ, ਪੁਲਿਸ ਨੂੰ ਰਿਪੋਰਟ ਕਰਨੀ ਆ, ਅਤੇ ਇਹ ਬੰਦੇ ਕਹਿਣ ਲੱਗੇ ਵੀ ਛੱਡੋ ਪਰੇ ਕੀ ਕਰਨੀ ਰਿਪੋਰਟ ਕਰਕੇ, ਉਹਨਾਂ ਕਿਹੜਾ ਕੁਛ ਕਰਨਾ, ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਆ, ਅਤੇ ਰਹਿਣ ਦਿਓ ਹੁਣ ਤੁਹਾਨੂੰ ਚੀਜ਼ ਤੁਹਾਡੀ ਮਿਲ ਗਈ ਆ, ਤੁਸੀਂ ਗੱਲ ਨੂੰ ਰਹਿਣ ਦਿਓ, ਤੁਸੀਂ ਘਰ ਜਾਵੋ। ਡਰ ਮੇਰੇ ਕੋਲ ਘਬਰਾਹਟ ਇੰਨੀ ਹੋਈ, ਮੈਨੂੰ ਕੋਈ ਖਲੋਤਾ ਨਹੀਂ ਜਾਂਦਾ, ਮੈਂ ਉੱਥੇ ਮੈਨੂੰ ਕੋਈ ਪਾਣੀ ਦਿਓ ਕੋਈ ਕੁਛ, ਮੈਂ ਤਾਂ ਕੰਬੀ ਜਾਂਦੀ ਪਈ ਹਾਂ।
ਬੇਟਾ ਜਦੋਂ ਇਹ ਹਾਸਾ ਹੋਏ ਨਾ ਤਾਂ ਕੁਛ ਨਹੀਂ ਪਤਾ ਲੱਗਦਾ, ਆਪਣਾ ਕੰਬੀ ਜਾਂਦਾ ਆ। ਅਤੇ ਮੈਨੂੰ ਤਾਂ ਵਿਚਾਰੇ ਜਿਹੜੇ ਕਬਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਹਾਂ 'ਤੇ ਕੁਰਸੀ ਦੇ ਕੇ ਬਹਿ ਲਿਆ, ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ।